ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਜਿਹਦਾ ਨਾਂ ਹੈ ਰੂਹਾਨੀਅਤ ਗੱਲਾਂ ਗੱਲ ਕਰਾਂਗੇ ਸਿੱਖ ਫਿਲੋਸਫੀ ਬਾਰੇ ਸਿੱਖ ਫਿਲੋਸਫਰ ਦੇ ਨਾਲ ਮੈਂ ਹਮੇਸ਼ਾ ਤੁਹਾਨੂੰ ਮਿਲਾਉਣਾ ਉਹਨਾਂ ਬੁੱਧੀਜੀਵੀ ਨਾਲ ਤੁਹਾਨੂੰ ਮਿਲਾਉਣਾ ਜੋ ਕਿ ਤੁਹਾਨੂੰ ਦੱਸਦੇ ਨੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜੋ ਅਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਯਾਨੀ ਕਿ ਜ਼ਮੀਨੀ ਪੱਧਰ 'ਤੇ ਉਹਨੂੰ ਧਾਰਨ ਕਰੋ ਪ੍ਰੈਕਟੀਕਲ ਲਾਈਫ ਕਿਵੇਂ ਜੀ ਜਾ ਸਕਦੀ ਹੈ ਅੱਜ ਮੇਰੇ ਨਾਲ ਜੋ ਸ਼ਖਸੀਅਤ ਮੁਖਾਤਿਬ ਹੋ ਰਹੇ ਨੇ ਉਹਨਾਂ ਦਾ ਨਾਂ ਹੈ ਗਿਆਨੀ ਕੁਲਦੀਪ ਸਿੰਘ ਜੀ ਜੋ ਕਿ ਹੈੱਡ ਗ੍ਰੰਥੀ ਨੇ ਗੁਰੂ ਨਾਨਕ ਦਰਬਾਰ ਹਿਕਸਵਿਲ ਦੇ ਅੱਜ ਮੇਰੇ ਨਾਲ ਉਹ ਰੂਬਰੂ ਹੋ ਰਹੇ ਨੇ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਰੂਹਾਨੀਅਤ ਗੱਲਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਮੈਨੂੰ ਦਿੱਤਾ ਔਰ ਆਪਣੇ ਵਿਚਾਰ ਜੋ ਕਿ ਤੁਸੀਂ ਅੱਜ ਸਾਂਝੇ ਕਰੋਗੇ ਸੰਗਤ ਦੇ ਨਾਲ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਕਈ ਸਾਲਾਂ ਤੋਂ ਇਹਨਾਂ ਨੂੰ ਤਾਲੀਮ ਹੈ ਧਾਰਮਿਕ ਵਿਚਾਰਾਂ ਦੇ ਉੱਤੇ ਬੁੱਧੀਜੀਵੀ ਨੇ ਔਰ ਗੁਰੂ ਨਾਨਕ ਦਰਬਾਰ ਹਾਲ ਦੇ ਵਿੱਚ ਹੈੱਡ ਗ੍ਰੰਥੀ ਨੇ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਗਿਆਨੀ ਜੀ ਸਿੱਖ ਕੌਣ ਹੈ ਵਾਹ ਬਹੁਤ ਸੋਹਣਾ ਆਪ ਜੀ ਨੇ ਸਵਾਲ ਪੁੱਛਿਆ ਹੈ ਸਿੱਖ ਕੌਣ ਹੈ ਸ਼੍ਰੋਮਣੀ ਕਮੇਟੀ ਦੀ ਛਪੀ ਹੋਈ ਇੱਕ ਧਰਮ ਪ੍ਰਚਾਰ ਕਮੇਟੀ ਨੇ ਛਾਪੀ ਹੈ ਸਿੱਖ ਰਹਿਤ ਮਰਿਆਦਾ ਜਿਹੜੀ ਕਿ ਸਾਰੇ ਪੰਥ 'ਤੇ ਲਾਗੂ ਹੁੰਦੀ ਹੈ ਸਿੱਖ ਰਹਿਤ ਮਰਿਆਦਾ ਉਸ ਦੇ ਅੰਦਰ ਪਹਿਲਾਂ ਹੀ ਇਹ ਸਿੱਖ ਕੌਣ ਹੈ ਜਾਂ ਸਿੱਖ ਦੀ ਪਰਿਭਾਸ਼ਾ ਕੌਣ ਹੈ ਸਿੱਖ ਉਹਦੇ ਬਾਰੇ ਦੱਸਿਆ ਹੈ ਸੋ ਉਹਦੇ ਵਿੱਚ ਜੋ ਸਾਨੂੰ ਸਿੱਖ ਦੀ ਪਰਿਭਾਸ਼ਾ ਲਿਖੀ ਮਿਲਦੀ ਹੈ ਸਿੱਖ ਮਰਦ ਜਾਂ ਔਰਤ ਕਿਉਂਕਿ ਸਿੱਖ ਇੱਕ ਲਫ਼ਜ਼ ਐਸਾ ਹੈ ਉਹ ਮੇਲ ਜਾਂ ਫੀਮੇਲ ਮਰਦ ਜਾਂ ਔਰਤ ਲਈ ਸਾਂਝਾ ਵਰਤਿਆ ਜਾਂਦਾ ਹੈ ਸਿੱਖ ਇਹ ਨਹੀਂ ਕਹਿੰਦੇ ਸਿੱਖ ਜਾਂ ਸਿੱਖਣੀ ਜਿਹੜਾ ਸਿੱਖ ਹੈ ਉਹ ਮਰਦ ਵੀ ਹੈ ਔਰਤ ਵੀ ਹੈ ਸੋ ਸਾਹਿਬ ਉਹ ਮਰਿਆਦਾ ਦੇ ਵਿੱਚ ਇਹ ਲਿਖਿਆ ਹੋਇਆ ਕਿ ਜਿਹੜਾ ਮਰਦ ਜਾਂ ਔਰਤ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜੀ ਭਾਵ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜੀ ਗੁਰੂ ਮੰਨਦਾ ਹੋਵੇ ਉਹਨਾਂ ਨੂੰ ਜੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਤੇ ਨਿਸ਼ਚਾ ਰੱਖਦਾ ਹੋਵੇ ਜੀ ਅਤੇ ਜੋ ਦਸਾਂ ਪਾਤਸ਼ਾਹਾਂ ਦੀ ਬਾਣੀ ਨੂੰ ਜੀ ਮੰਨਦਾ ਹੋਵੇ ਜੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤ 'ਤੇ ਭਰੋਸਾ ਰੱਖਦਿਆਂ ਹੋਇਆਂ ਉਸ ਨੂੰ ਮੰਨਦਾ ਹੈ ਵਿਸ਼ਵਾਸ ਰੱਖਦਾ ਹੈ ਬਿਲੀਵ ਕਰਦਾ ਹੈ ਜੀ ਤੇ ਇਸ ਤੋਂ ਬਿਨਾਂ ਕਿਸੇ ਹੋਰ ਨੂੰ ਇੱਕ ਕਾਲ ਪੁਰਖ ਨੂੰ ਮੰਨਦਾ ਤੇ ਇਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਦਾ ਤੇ ਉਹ ਸਿੱਖ ਹੈ ਬਿਲਕੁਲ ਜਿਵੇਂ ਬਿਲੀਵ ਕਰਦਾ ਉਹੀ ਉਹਦੇ ਕਰਮ ਨੇ ਤੇ ਅਸੀਂ ਜ਼ਰੂਰ ਕਹਿੰਦੇ ਹਾਂ ਕਿ ਯੂ ਸ਼ੁੱਡ ਬਿਲੀਵ ਐਂਡ ਦੈਨ ਯੂ ਸ਼ੁੱਡ ਬਿਲੀਵ ਔਨ ਯੋਰ ਕਰਮਾ ਤੇ ਉਹੀ ਸਾਡਾ ਵੀ ਟੀਚਾ ਐਜ਼ ਅ ਸ਼ੋਅ ਦੇ ਮਕਸਦ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਫੋਕਸ ਅਸੀਂ ਕਰਦੇ ਹਾਂ ਕਿ ਪ੍ਰੈਕਟੀਕਲ ਲਾਈਫ ਜਾਂ ਹੋਰ ਜੋ ਜਿਹੜਾ ਤੁਹਾਡਾ ਵਰਕ ਹੈ ਔਰ ਜਿਹੜੇ ਤੁਹਾਡੇ ਸਰਵਾਈਵਲ ਸਕਿੱਲਸ ਨੇ ਉਸੀ ਤੁਸੀਂ ਉਹ ਆਪਣੀ ਲਾਈਫ ਦੇ ਵਿੱਚ ਕਿਵੇਂ ਤੁਸੀਂ ਉਹਨੂੰ ਲੈ ਕੇ ਆ ਸਕਦੇ ਹੋ ਅਤੇ ਨਾਲ ਬਾਣੀ ਨਾਲ ਜੁੜ ਕੇ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਹੈ ਜਿਹੜੇ ਸਾਨੂੰ ਸਾਡੇ ਗੁਰੂ ਸਾਹਿਬਾਨ ਸਿਖਾ ਗਏ ਸੀਗੇ ਉਹ ਐਂਡ ਆਫ ਦਾ ਡੇ ਪ੍ਰੈਕਟੀਕਲ ਹੀ ਸੀਗੇ ਔਰ ਜਦ ਉਸ ਉਹਨੂੰ ਅਸੀਂ ਆਪਣੀ ਲਾਈਫ ਦੇ ਵਿੱਚ ਧਾਰਦੇ ਹਾਂ ਅਤੇ ਅਸੀਂ ਆਪਣੀ ਲਾਈਫ ਨੂੰ ਹੋਰ ਕਿਵੇਂ ਸੁੱਖ ਦੇ ਸਕਦੇ ਹਾਂ ਇਸੇ ਬਾਰੇ ਕਰਦੇ ਹਾਂ ਵਿਚਾਰ ਵਟਾਂਦਰਾ ਸਭ ਤੋਂ ਪਹਿਲਾ ਸਵਾਲ ਤਾਂ ਹਮੇਸ਼ਾ ਲਾਈਫ ਦੇ ਵਿੱਚ ਤੁਹਾਡਾ ਵੀ ਰਹਿੰਦਾ ਔਰ ਮੈਂ ਵੀ ਹਮੇਸ਼ਾ ਪੁੱਛਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਗਿਆਨੀ ਜੀ ਸਟ੍ਰੈਸ ਨੂੰ ਕਿਵੇਂ ਦੂਰ ਕਰ ਸਕਦੇ ਹਾਂ ਕਿਉਂਕਿ ਹਰ ਕਿਸੇ ਦੀ ਅੱਜ ਦੀ ਇਸ ਭੱਜਦੀ ਹੋਈ ਜ਼ਿੰਦਗੀ ਦੇ ਵਿੱਚ ਹਰ ਕੋਈ ਕੰਮ ਕਰਦਾ ਅਤੇ ਐਂਡ ਆਫ ਦਾ ਡੇ ਉਹਨੂੰ ਬਹੁਤ ਸਟ੍ਰੈਸ ਹੁੰਦਾ ਅਤੇ ਬਾਣੀ ਸਾਨੂੰ ਕਿਵੇਂ ਸਿਖਾਉਂਦੀ ਹੈ ਕਿ ਅਸੀਂ ਸਟ੍ਰੈਸ ਨੂੰ ਦੂਰ ਕਰ ਸਕੀਏ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਆਮ ਤੌਰ 'ਤੇ ਜੋ ਸੁਰੇ ਆਪਾਂ ਹੁਕਮਨਾਮਾ ਲੈਂਦੇ ਹਾਂ ਨਾ ਉਹਨਾਂ ਵਿੱਚ ਇੱਕ ਸ਼ਬਦ ਇਹ ਵੀ ਆਉਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ ਜਿਸ ਵਿੱਚ ਉਹ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸਮਨ ਉਪਜਿਓ ਸਗਲੇ ਦੁੱਖ ਪਲਾਇਣ ਇਹ ਰਹਾਓ ਵਾਲੀਆਂ ਪੰਕਤੀਆਂ ਨੇ ਔਰ ਇਹਦੇ ਵਿੱਚ ਸਾਹਿਬਾਂ ਨੇ ਸਾਨੂੰ ਬਹੁਤ ਸੁੰਦਰ ਸਮਝਾਇਆ ਹੈ ਕਿ ਸਾਡਾ ਜੀਵਨ ਜਿਹੜਾ ਹੈ ਸੋਹਣਾ ਬਣ ਸਕੇ ਖੁਸ਼ਹਾਲੀ ਵਾਲਾ ਹੋ ਸਕੇ ਕਿਉਂਕਿ ਆਪਾਂ ਸਮਾਜਿਕ ਹਾਂ ਸਮਾਜਿਕ ਪ੍ਰਾਣੀ ਹਾਂ ਸਮਾਜ ਦੇ ਵਿੱਚ ਰਹਿੰਦੇ ਹਾਂ ਅਤੇ ਸਮਾਜ ਵਿੱਚ ਰਹਿੰਦਿਆਂ ਹੋਇਆਂ ਹਰ ਮਨੁੱਖ ਚਾਹੁੰਦਾ ਹੈ ਕਿ ਸਾਡੇ ਕੋਲ ਜ਼ਿੰਦਗੀ ਦੇ ਅੰਦਰ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਵੀ ਹੋਣ ਅਤੇ ਉਹਨਾਂ ਸਹੂਲਤਾਂ ਤੋਂ ਸਾਨੂੰ ਸ਼ਾਂਤੀ ਵੀ ਹੋਵੇ ਸੁੱਖ ਵੀ ਹੋਵੇ ਅੰਦਰ ਖਿੜਾਵ ਹੋਵੇ ਤਾਂ ਉਸ ਦੇ ਲਈ ਸਾਹਿਬਾਂ ਨੇ ਬਾਣੀ ਦੇ ਨਾਲ ਜੁੜਨ ਲਈ ਸਾਨੂੰ ਹਦਾਇਤ ਕੀਤੀ ਹੈ ਤੇ ਬਾਣੀ ਦੇ ਅੰਦਰ ਸੰਦੇਸ਼ ਮੈਂ ਤੁਹਾਨੂੰ ਸੌਰੀ ਵਿੱਚ ਟੋਕ ਰਿਹਾ ਲੇਕਿਨ ਅੱਜ ਕੱਲ੍ਹ ਲੱਗਦਾ ਹੈ ਕਿ ਜਿਹੜੀ ਸ਼ਾਂਤੀ ਆ ਉਹ ਖਤਮ ਹੋ ਚੁੱਕੀ ਆ ਔਰ ਸਟ੍ਰੈਸ ਦਿਨ ਬਰ ਦਿਨ ਵੱਧਦਾ ਜਾਂਦਾ ਅਤੇ ਉਸ ਤੋਂ ਨਿਪਟਾਰਾ ਕਿਵੇਂ ਪਾਇਆ ਜਾ ਸਕਦਾ ਕਿਉਂਕਿ ਬਾਣੀ ਸਾਨੂੰ ਸਿਖਾਉਂਦੀ ਹੈ ਉਹਨੂੰ ਲੋਕ ਪੜ੍ਹਦੇ ਵੀ ਹੈਗੇ ਆ
ਚਾਹੇ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਹੋਣ, ਜਾਪ ਸਾਹਿਬ ਦਾ ਪਾਠ ਕਰਦੇ ਹੋਣ, ਉਹ ਪਾਠ ਕਰਦੇ ਹੋਣ ਜਿਹਨਾਂ ਤੋਂ ਸਾਨੂੰ ਐਨਰਜੀ ਮਿਲਦੀ ਹੈ, ਸਾਨੂੰ ਪੋਜ਼ਿਟਿਵਿਟੀ ਮਿਲਦੀ ਹੈ, ਲੇਕਿਨ ਉਹਨੂੰ ਅਸਲੀ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਕਿਵੇਂ ਬਣਾਇਆ ਜਾ ਸਕਦਾ? ਅਸਲੀ ਜ਼ਿੰਦਗੀ ਦੇ ਅੰਦਰ ਜੇ ਅਸੀਂ ਬਾਣੀ ਨੂੰ ਸਮਝਦੇ ਹਾਂ, ਪਹਿਲਾਂ ਤਾਂ ਜੋ ਇਹ ਸ਼ਬਦ ਮੈਂ ਤੁਹਾਨੂੰ ਫਿਰ ਅਰਥ ਕਰਦੇ ਹਾਂ, ਸਾਹਿਬ ਜੀ ਆਖਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਨ, ਆਪਣੀ ਰਸਨਾ ਦੇ ਨਾਲ ਤੂੰ ਉਸ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾ ਜਿਹੜਾ ਕਿ ਖਜ਼ਾਨਾ ਹੈ ਸਾਰੇ ਸੁੱਖਾਂ ਦਾ, ਕਿਉਂਕਿ ਹਰ ਕੋਈ ਚਾਹੁੰਦਾ ਸ਼ਾਂਤੀ ਹੋਵੇ ਅਤੇ ਸਾਹਿਬ ਜੀ ਆਖਦੇ ਤੁਹਾਨੂੰ ਮਿਲੇਗੀ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸ਼ਾਂਤ ਤੋਂ ਭਾਵ ਮਨ ਦੀ ਸ਼ਾਂਤੀ, ਸਹਿਜ ਤੋਂ ਭਾਵ ਹੈ ਅੰਦਰ ਆਤਮਕ ਸਥਿਰਤਾ। ਜਿਹੜੀ ਭੱਜ ਦੌੜ ਸਾਨੂੰ ਇਸ ਜ਼ਿੰਦਗੀ ਅੰਦਰ ਪਈ ਹੋਈ ਹੈ, ਜੋ ਆ ਰਹੀ ਹੈ, ਜੋ ਅਸੀਂ ਭੱਜ ਦੌੜ ਕਰਦੇ ਹਾਂ ਅਤੇ ਉਸ ਤੋਂ ਸਾਨੂੰ ਜਿੱਥੇ ਖੁਸ਼ੀ ਮਿਲਦੀ ਹੈ ਉੱਥੇ ਨਾਲ ਕੁਛ ਨਾ ਕੁਛ ਸਾਡੇ ਮਨ ਨੂੰ ਸਟ੍ਰੈਸ ਜਾਂਦਾ ਹੈ। ਪਰ ਜੇ ਸਾਡੇ ਜ਼ਿੰਦਗੀ ਦੇ ਅੰਦਰ ਬਾਣੀ ਹੋਏਗੀ ਨਾ, ਤਾਂ ਬਾਣੀ ਸਾਨੂੰ ਇੱਕ ਸਾਡਾ ਬੈਲੈਂਸ ਬਣਾ ਕੇ ਰੱਖੇਗੀ। ਬਿਲਕੁਲ, ਇਸ ਤੋਂ ਮੈਨੂੰ ਦਰਸ਼ਕਾਂ ਨੂੰ ਦੱਸਦਾ, ਇਸ ਤੋਂ ਮੈਨੂੰ ਇਹ ਸਮਝ ਆ ਰਿਹਾ ਕਿ ਸਭ ਤੋਂ ਪਹਿਲਾਂ ਮੈਨੂੰ ਗਿਆਨੀ ਜੀ ਨੇ ਦੱਸਿਆ ਕਿ ਯੂ ਸ਼ੁੱਡ ਬਿਲੀਵ, ਵੰਸ ਯੂ ਬਿਲੀਵ ਦੈਨ ਤੁਸੀਂ ਉਹਨੂੰ ਆਪਣੀ ਅੰਦਰ ਵੀ ਧਾਰੋ। ਜਦੋਂ ਤੁਸੀਂ ਉਸ ਬਾਣੀ ਨੂੰ ਅੰਦਰ ਧਾਰਦੇ ਹੋ ਤਾਂ ਤੁਹਾਡਾ ਜਿਹੜਾ ਐਗਰੈਸ਼ਨ ਹੈ ਉਹ ਘੱਟ ਹੁੰਦਾ, ਤੁਸੀਂ ਕਾਮ ਹੋ ਜਾਂਦੇ ਹੋ, ਔਰ ਜਦੋਂ ਤੁਸੀਂ ਕਾਮ ਹੁੰਦੇ ਹੋ ਤੁਸੀਂ ਹੋਰ ਐਨਰਜੈਟਿਕ ਹੋ ਜਾਂਦੇ ਹੋ, ਜੇ ਤੁਸੀਂ ਐਨਰਜੈਟਿਕ ਹੋ ਜਾਂਦੇ ਹੋ ਤਾਂ ਤੁਸੀਂ ਬਿਲੀਵ ਕਰਨ ਲੱਗ ਪੈਂਦੇ ਹੋ ਕਿ ਮੈਂ ਕੁਛ ਕਰ ਸਕਦਾ, ਔਰ ਜਦੋਂ ਤੁਸੀਂ ਬਿਲੀਵ ਕਰਨ ਲੱਗ ਪੈਂਦੇ ਹੋ ਬਾਬਾ ਜੀ ਦੀ ਗੱਲਾਂ ਤੋਂ ਜੋ ਮੈਨੂੰ ਸਮਝ ਆ ਰਿਹਾ ਕਿ ਯੂ ਗੈਟ ਮੋਰ ਕੋਨਫੀਡੈਂਟ ਐਂਡ ਦੈਨ ਯੂ ਡੂ ਯੋਰ ਵਰਕ ਵਿਦ ਯੋਰ ਸਟਾਈਲ ਵਿਦ ਯੋਰ ਇੰਟੈਲੀਜੈਂਸੀ, ਉਹ ਤੁਸੀਂ ਉਸੇ ਨਾਲ ਹਿਸਾਬ ਨਾਲ ਕਰਦੇ ਹੋ। ਬਿਲਕੁਲ ਗਿਆਨੀ ਜੀ, ਆਪਾਂ ਗੱਲ ਨੂੰ ਕੰਟੀਨਿਊ ਰੱਖਦੇ ਹੋਏ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਬਾਣੀ ਦੇ ਵਿੱਚ ਉਹੀ ਲਿਖਿਆ ਹੋਇਆ ਕਿ ਸਾਨੂੰ ਪੇਸ਼ੈਂਸ ਹੋਣਾ ਚਾਹੀਦਾ, ਕਾਮ ਹੋਣਾ ਚਾਹੀਦਾ, ਐਗਰੈਸ਼ਨ ਜਿਹੜਾ ਹਰ ਸਮੇਂ ਨਹੀਂ ਯੂਜ਼ ਕਰਨਾ ਚਾਹੀਦਾ। ਲੇਕਿਨ ਕੀ ਕਰੀਏ, ਸਿੱਖਾਂ ਦੇ ਵਿੱਚ ਤਾਂ ਐਗਰੈਸ਼ਨ ਬਹੁਤਾ, ਉਹ ਕਿਵੇਂ ਘੱਟ ਹੋ ਸਕਦਾ, ਉਹ ਤਾਂ ਕਿਵੇਂ ਅਸੀਂ ਇਹਨੂੰ ਘੱਟ ਕਰ ਸਕਦੇ ਹਾਂ? ਦੇਖੋ, ਸਿੱਖ ਦੀ ਤੁਸੀਂ ਪੁੱਛਿਆ ਸੀ ਪਰਿਭਾਸ਼ਾ ਕੀ ਹੈ, ਉਹਦੇ ਵਿੱਚ ਵੀ ਇਹ ਜਦੋਂ ਅਸੀਂ ਗੁਰਬਾਣੀ ਨੂੰ ਦੇਖਦੇ ਹਾਂ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੁੱਖ ਲੈ ਜਾਵੇ, ਜੋ ਸਾਸ ਗਿਰਾਸ ਧਿਆਵੇ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਇਹ ਸਾਰੇ ਸ਼ਬਦ ਨੂੰ ਜੋ ਅਸੀਂ ਪੜ੍ਹਦੇ ਹਾਂ ਨਾ, ਇਹ ਵੈਸੇ ਸਿੱਖ ਦੀ ਅਸਲੀ ਪਰਿਭਾਸ਼ਾ ਗੁਰਬਾਣੀ ਅਨੁਸਾਰ ਹੈ ਜੀ। ਗੁਰਬਾਣੀ ਸਾਨੂੰ ਦੱਸਦੀ ਹੈ ਸਿੱਖ ਦੀ ਪਰਿਭਾਸ਼ਾ, ਜਿਹੜਾ ਇਸ 'ਤੇ ਚੱਲਦਾ ਹੈ ਨਾ ਅੰਮ੍ਰਿਤ ਵੇਲਾ ਸੰਭਾਲਦਾ ਹੈ। ਹਾਲਾਂਕਿ ਸਾਡੀ ਜ਼ਿੰਦਗੀ ਅੱਜ ਇਸ ਇਤਨੀ ਭੱਜ ਦੌੜ ਵਾਲੀ ਹੋ ਗਈ ਹੈ ਕਿ ਰਾਤ ਨੂੰ ਜਦੋਂ ਅਸੀਂ 12-1 ਵਜੇ ਸੋਨੇ ਹਾਂ ਅਤੇ ਸਵੇਰੇ 4 ਵਜੇ ਜਾਂ 5 ਵਜੇ ਉੱਠਣਾ ਸਾਡੇ ਲਈ ਮੁਸ਼ਕਲ ਹੈ, ਪਰ ਫਿਰ ਵੀ ਜਦੋਂ ਅਸੀਂ ਉੱਠਦੇ ਹਾਂ, ਜਦੋਂ ਉੱਠ ਗਏ ਤਾਂ ਇੱਕ ਵਾਰੀ ਇਸ਼ਨਾਨ ਕਰਕੇ ਮਨ ਨੂੰ ਟਿਕਾ ਕੇ ਉਸ ਪਰਮਾਤਮਾ ਦੀ ਬੰਦਗੀ 'ਚ ਬੈਠੀਏ, ਜਿਤਨਾ ਸਮਾਂ ਮਿਲੇ ਅਸੀਂ ਬਾਣੀ ਨੂੰ ਪੜ੍ਹੀਏ। ਅੱਜ ਇਹ ਗੱਲ ਠੀਕ ਹੈ ਕਿ ਅਸੀਂ ਬਾਣੀ ਪੜ੍ਹਦੇ ਹਾਂ, ਭੱਜ ਦੌੜ ਕੇ ਭੱਜ ਦੌੜ ਵਾਲੀ ਜ਼ਿੰਦਗੀ ਹੈ, ਜਪਜੀ ਸਾਹਿਬ ਵੀ ਫਟਾਫਟ ਪੜ੍ਹ ਲਿਆ ਜਾਂ ਨਹਾਉਣ ਵੇਲੇ ਪੜ੍ਹ ਲਿਆ, ਚਲੋ ਜੋ ਕਿ 5 ਬਾਣੀਆਂ ਦਾ ਪਾਠ ਵੀ ਕਰਦਾ ਹੈ, ਪਰ ਜ਼ਰੂਰੀ ਹੈ ਕਿ ਇੰਨਾ ਕੁ ਟਾਈਮ ਅਸੀਂ ਜ਼ਰੂਰ ਬਾਣੀ ਲਈ ਕੱਢੀਏ ਕਿ ਉਸਨੂੰ ਅਰਥਾਂ ਸਮੇਤ ਪੜ੍ਹੀਏ। ਕਰੈਕਟ। ਸੋ ਜੇ ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਲਿਖ ਲਓ ਆਪਣੇ ਕੋਲ ਡਾਇਰੀ ਦੇ ਵਿੱਚ, ਇਹ ਇੱਕ ਇੱਕ ਵਰਡ ਲਿਖ ਲਓ, ਮੈਡੀਟੇਸ਼ਨ ਅਤੇ ਰੈਸਟੀਟੇਸ਼ਨ, ਜੋ ਸਾਨੂੰ ਇਸ ਟਾਈਮ ਗਿਆਨੀ ਜੀ ਦੱਸ ਰਹੇ ਨੇ ਜੀ। ਬਾਣੀ ਨੂੰ ਅਸੀਂ ਅਰਥਾਂ ਨਾਲ ਪੜ੍ਹਾਂਗੇ ਨਾ, ਜੋ ਵੀ ਅਸੀਂ ਬਾਣੀ ਨੂੰ ਵਿਚਾਰ ਕੇ ਪੜ੍ਹਾਂਗੇ ਸਾਨੂੰ ਸਮਝ ਆਵੇਗੀ। ਸਾਡੇ 430 ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੋ ਸਾਨੂੰ ਬਾਣੀ ਹੈ, ਇਹ ਕੇਵਲ ਪੂਜਣ ਵਾਸਤੇ ਨਹੀਂ ਹੈ ਵੀ 2 ਮਿੰਟ 'ਚ ਆਏ, ਮੱਥਾ ਟੇਕਿਆ, ਪ੍ਰਸ਼ਾਦ ਲਿਆ ਅਤੇ ਗੁਰਦੁਆਰਾ ਸਾਹਿਬ ਤੋਂ ਬਾਹਰ। ਕਰੈਕਟ। ਅੱਜ ਕੱਲ੍ਹ ਬਹੁਤੀਆਂ ਸੰਗਤਾਂ ਇਸੇ ਤਰ੍ਹਾਂ ਹੀ ਸਾਨੂੰ ਦੇਖਣ 'ਚ ਆ ਰਿਹਾ ਹੈ, ਕਿਉਂਕਿ ਜਿਹੜਾ ਸਵੇਰ ਦਾ ਦੀਵਾਨ ਹੁੰਦਾ ਹੈ, ਨਿਤਨੇਮ ਦੇ ਵੇਲੇ ਭਾਈ ਸਾਹਿਬ ਜੀ ਹੋਣਗੇ ਜਾਂ 2-4 ਹੋਰ ਜਾਣੇ ਬੈਠੇ ਹੁੰਦੇ ਨੇ, ਅਤੇ ਜੋ ਉਸ ਤੋਂ ਬਾਅਦ ਆਸਾ ਕੀ ਵਾਰ ਕੀ ਕੀਰਤਨ ਹੁੰਦੇ ਨੇ ਜਾਂ ਉਸ ਤੋਂ ਬਾਅਦ ਕਥਾ ਹੁੰਦੀ ਹੈ, ਸਵੇਰ ਦਾ 2-2.5 ਘੰਟੇ ਦਾ ਜੋ ਪ੍ਰੋਗਰਾਮ ਹੈ, ਸੰਗਤਾਂ ਬੈਠ ਕੇ ਸੁਣਨ ਵਾਲੀਆਂ ਜਿਹੜੀਆਂ ਨੇ ਅੱਜ ਕੱਲ੍ਹ ਘੱਟ ਨੇ। ਬਾਕੀ ਭਾਈ ਦੌੜ ਇੰਨੀ ਹੈ ਕਿ ਰਾਤ ਨੂੰ ਆਪਾਂ ਇੰਨਾ ਲੇਟ ਸੁਣਦੇ ਹਾਂ ਕਿ ਸਵੇਰੇ ਅੰਮ੍ਰਿਤ ਵੇਲਾ ਸਾਡੇ ਕੋਲ ਖੁੰਝਿਆ ਹੋਇਆ। ਸੋ ਰਾਈਟ ਅਦਰ ਵਰਡ, ਦੈਟ ਇਜ਼ ਲਿਸਨਿੰਗ ਪਾਵਰ, ਸੁਣਨਾ ਵੀ ਬਹੁਤ ਜ਼ਰੂਰੀ ਹੈ। ਜ਼ਰੂਰੀ ਹੈ, ਬਿਲਕੁਲ ਬੇਹੱਦ। ਮੈਨੂੰ ਗੱਲ ਬਹੁਤ ਅੱਛੀ ਲੱਗੀ ਗਿਆਨੀ ਜੀ ਦੀ ਕਿ ਤੁਸੀਂ ਗੁਰਦੁਆਰੇ ਸਿਰਫ ਮੱਥਾ ਟੇਕਣ ਨਹੀਂ ਆਉਂਦੇ, ਕਿ ਮੱਥਾ ਟੇਕਿਆ, ਪ੍ਰਸ਼ਾਦ ਲਿਆ, ਲੰਗਰ ਛਕਿਆ, ਔਰ ਤੁਹਾਡਾ ਅੱਜ ਦਾ ਗੁਰਦੁਆਰਾ ਆਉਂਦਾ ਜਿਹੜਾ ਟੀਚਾ ਉਹ ਪੂਰਾ ਹੋ ਗਿਆ। ਨੋ, ਤੁਸੀਂ ਐਂਡ ਆਫ ਦਾ ਡੇ ਸਿੱਖ ਕੇ ਜਾ ਰਹੇ ਹੋ, ਵਟ ਯੂਅਰ ਗੈਟਿੰਗ ਆਊਟ ਆਫ ਦੀ ਗੁਰਦੁਆਰਾ ਸਾਹਿਬ, ਉਹ ਜਿਹੜੇ ਵਿਚਾਰ ਨੇ ਗੁਰਦੁਆਰੇ ਦੇ ਅੰਦਰ, ਉਹ ਜਿਹੜੀ ਪੋਜ਼ਿਟਿਵਿਟੀ ਗੁਰਦੁਆਰੇ ਦੇ ਵਿੱਚ ਘੁੰਮ ਰਹੀ ਹੈ, ਉਹ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਕਿਵੇਂ ਲੈ ਕੇ ਜਾ ਰਹੇ ਹੋ। ਦੈਟ ਵਟ ਯੂ ਨੋ ਗੁਰਦੁਆਰਾ ਸਾਹਿਬ ਟੀਚ ਯੂ, ਦੈਟ ਵਟ ਜਿਹੜੇ ਉੱਥੇ ਰਾਗੀ ਬੈਠੇ ਹੁੰਦੇ ਨੇ, ਜਿਹੜੇ ਉੱਥੇ ਕਥਾਵਾਚਕ ਬੈਠੇ ਹੁੰਦੇ ਨੇ, ਜਿਹੜੇ ਗ੍ਰੰਥੀ ਸਾਹਿਬ ਉਸ ਟਾਈਮ ਕਥਾ ਕਰ ਰਹੇ ਹੁੰਦੇ ਨੇ, ਵਟ ਦੇ ਆਰ ਟੈਲਿੰਗ ਯੂ, ਯੂ ਹੈਵ ਟੂ ਇੰਪਲੀਮੈਂਟ ਦੈਟ ਐਂਡ ਦੋਸ ਥਿੰਗ ਇਨ ਯੋਰ ਲਾਈਫ। ਸੋ ਇੱਥੇ ਮੈਂ ਸੰਗਤਾਂ ਨੂੰ ਇੱਕ ਹੋਰ ਵੀ ਕਲੀਅਰ ਕਰ ਦੇਵਾਂ, ਇੱਕ ਤਿਲ ਨਾ ਭੰਨੇ ਘੱਲ ਹੈ, ਉਹ ਸਾਡੀ ਜਿਹੜੀ ਘਾਲਣਾ ਹੈ ਨਾ, ਕੁਛ ਵੀ ਜੋ ਅਸੀਂ ਕਰਦੇ ਹਾਂ ਉਹ ਵੀ ਮੁਬਾਰਕ ਹੈ, ਜਿਹੜੇ ਆਉਂਦੇ ਨੇ
ਉਹਨਾਂ ਦੇ ਮਨ ਦੇ ਅੰਦਰ ਇੱਕ ਸ਼ਰਧਾ ਜ਼ਰੂਰ ਹੈ ਕਿ ਅਸੀਂ ਜਦੋਂ ਆਪਣਾ ਕੰਮ 'ਤੇ ਜਾਣਾ ਇੱਕ ਵਾਰੀ ਗੁਰੂ ਘਰ ਜ਼ਰੂਰ ਜਾਣਾ ਹੈ, ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਨੇ। ਇਹ ਨਹੀਂ ਕੋਈ ਨਿਰਾਸ਼ਤਾ ਵਾਲੀ ਗੱਲ ਨਹੀਂ ਮੈਂ ਕੀਤੀ ਕਿ ਉਹ ਜਿਹੜਾ ਉਹਨਾਂ ਆਉਣਾ ਬਿਲਕੁਲ ਹੀ ਕਿਸੇ ਕੰਮ ਦਾ ਨਹੀਂ ਜਾਂ ਕਿਸੇ ਥਾਂ ਨਹੀਂ ਪੈਣਾ, ਉਹ ਵੀ ਮੁਬਾਰਕ ਹੈ। ਜ਼ਰੂਰ ਜਿਹੜੇ ਆਉਂਦੇ ਨੇ ਭਾਵੇਂ 5 ਮਿੰਟ ਲਈ ਆਉਂਦੇ ਨੇ, 2 ਮਿੰਟ ਲਈ ਆਉਂਦੇ ਨੇ, ਮੱਥਾ ਟੇਕ ਕੇ ਜਾਂਦੇ ਨੇ, ਇੱਕ ਰੂਟੀਨ ਉਹਨਾਂ ਨੇ ਬਣਾਈ ਹੈ, ਅੱਛੀ ਗੱਲ ਹੈ। ਪਰ ਮੇਰਾ ਜੋ ਇੱਕ ਮੈਸੇਜ ਇਹ ਹੈ ਸੰਗਤਾਂ ਦੇ ਲਈ, ਜੋ ਆਪਾਂ ਬਾਣੀ ਹੈ ਉਸਨੂੰ ਆਪਾਂ ਵਿਚਾਰ ਕੇ ਪੜ੍ਹਨਾ ਹੈ। ਸੋ ਇਸੇ ਤਰ੍ਹਾਂ ਆਪਾਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ, ਠੀਕ ਹੈ ਜੀ, ਆਪ ਆਉਂਦਾ ਨਾ ਪਾਠ ਤੇ ਸਹਿਜ ਪਾਠ ਕਰਨਾ ਚਾਹੀਦਾ ਹੈ। ਸਹਿਜ ਪਾਠ ਭਾਵੇਂ ਉਹ 2 ਮਹੀਨੇ 'ਚ ਭੋਗ ਪਾਈਏ, ਭਾਵੇਂ 6 ਮਹੀਨੇ ਲੱਗ ਜਾਣ, ਪਰ ਸਹਿਜ ਪਾਠ ਆਪਾਂ ਨੂੰ ਆਪ ਕਰਨਾ ਚਾਹੀਦਾ ਹੈ, ਬਾਣੀ ਆਪ ਪੜ੍ਹਨੀ ਚਾਹੀਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾ ਉਹ ਜਿਹੜੀ ਪੰਡਿਤ ਸ਼੍ਰੇਣੀ ਸੀ ਉਹ ਖਤਮ ਕੀਤੀ ਸੀ। ਇਹ ਆਪ ਸਿੱਖਾਂ ਨੇ ਸਾਰਿਆਂ ਨੇ ਪ੍ਰਚਾਰਕ ਬਣਨਾ ਹੈ, ਬਾਣੀ ਆਪ ਪੜ੍ਹਨੀ ਹੈ ਤੇ ਆਪ ਉਹਦੇ ਤੇ ਅਮਲ ਕਰਦਿਆਂ ਹੋਇਆਂ ਉਸਨੂੰ ਜ਼ਿੰਦਗੀ ਵਿੱਚ ਢਾਲਣਾ ਹੈ, ਇੰਪਲੀਮੈਂਟ ਕਰਨਾ ਹੈ। ਉਹ ਤਾਂ ਹੀ ਹੋ ਸਕੇਗਾ ਜੇ ਅਸੀਂ ਉਹਨੂੰ ਵਿਚਾਰਾਂਗੇ, ਭਾਵੇਂ ਇੱਕ ਸ਼ਬਦ ਰੋਜ਼ ਦਾ ਜਾਂ ਜਪਜੀ ਸਾਹਿਬ ਦੀ ਇੱਕ ਹੀ ਅਸੀਂ ਜੇ ਪੌੜੀ ਹੈ ਉਸਨੂੰ ਵਿਚਾਰਦੇ ਹਾਂ ਅਰਥਾਂ ਸਮੇਤ, ਸੋ ਕਿਤੇ ਨਾ ਕਿਤੇ ਅੱਜ ਕਰ ਰਹੇ ਹਾਂ ਕੱਲ ਕਰ ਰਹੇ ਹਾਂ ਤੇ ਕਿਤੇ ਨਾ ਕਿਤੇ ਸਾਡਾ ਮਨ ਉਹਦੇ 'ਚ ਮੰਨੇਗਾ ਤੇ ਉਹ ਸਾਨੂੰ ਫਾਇਦਾ ਦੇਗੀ, ਸਾਡੇ ਅੰਦਰੋਂ ਜਿਹੜੀ ਸਟ੍ਰੈਸ ਜੋ ਹੈ ਉਹ ਸਭ ਘਟੇਗਾ, ਜ਼ਿੰਦਗੀ ਜਿਹੜੀ ਹੈ ਬੜੀ ਤੇ ਭਾਵੇਂ ਭਾਈ ਦੂਰ ਦੀ ਜ਼ਿੰਦਗੀ ਹਮੇਸ਼ਾ ਬਣੀ ਰਹਿਣੀ ਹੈ, ਅਸੀਂ ਪਿੱਛੇ ਨਹੀਂ ਜਾ ਸਕਦੇ ਹੁਣ, ਪਰ ਉਹਦੇ ਅੰਦਰ ਇੱਕ ਬੈਲੈਂਸ ਜ਼ਰੂਰ ਬਣ ਜਾਏਗਾ। ਗੁਰਬਾਣੀ ਸਾਨੂੰ ਬਹੁਤ ਜ਼ਿਆਦਾ ਸਾਨੂੰ ਅੰਦਰ ਦੀ ਸ਼ਾਂਤੀ ਦੇਵੇਗੀ। ਸੋ ਗਿਆਨੀ ਜੀ, ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਜਿਵੇਂ ਆਪਾਂ ਕੋਈ ਵੀ ਸਬਜੈਕਟ ਪੜ੍ਹਦੇ ਹਾਂ, ਚਾਹੇ ਉਹ ਮੈਥਸ ਹੋਏ, ਸਾਇੰਸ ਹੋਏ, ਚਾਹੇ ਉਹ ਫਿਲੋਸਫੀ ਹੋਏ, ਐਨੀਥਿੰਗ, ਜੋ ਵੀ ਉਹ ਸਬਜੈਕਟ ਹੁੰਦੇ ਆ, ਉਹਨੂੰ ਅਸੀਂ ਪੜ੍ਹਦੇ ਹਾਂ, ਫਿਰ ਅਸੀਂ ਇਗਜ਼ਾਮ ਦੇ ਕੇ ਆਉਂਦੇ ਹਾਂ, ਦੈਟ ਮੀਨ ਕਿ ਵੀ ਹੈਵ ਨੌਲੇਜ ਅਬਾਊਟ ਦੈਟ ਸਬਜੈਕਟ ਐਂਡ ਦੈਨ ਵੀ ਆਰ ਗੋਇੰਗ ਟੂ ਐਗਜ਼ਾਮੀਨੇਸ਼ਨ ਹਾਲ ਟੂ ਰਾਈਟ ਮਾਈ ਐਗਜ਼ਾਮ। ਅਤੇ ਇਸ ਨੂੰ ਵੀ ਅਸੀਂ ਜੋੜ ਸਕਦੇ ਹਾਂ ਕਿ ਇਹ ਵੀ ਇੱਕ ਐਗਜ਼ਾਮੀਨੇਸ਼ਨ ਹੀ ਹੈ ਕਿ ਸਾਨੂੰ ਪਹਿਲਾਂ ਜ਼ਰੂਰ ਪੜ੍ਹਨਾ ਚਾਹੀਦਾ ਔਰ ਪੜ੍ਹ ਕੇ ਉਹਨੂੰ ਆਪਣੀ ਲਾਈਫ ਦੇ ਵਿੱਚ ਧਾਰਨਾ ਚਾਹੀਦਾ, ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ। ਬਿਲਕੁਲ, ਇਹ ਅਹਿਮ ਸਵਾਲ ਬਣਦਾ ਅਤੇ ਹੋਰ ਵੀ ਮੇਰੇ ਜ਼ਿਹਨ ਦੇ ਵਿੱਚ ਕਈ ਅਹਿਮ ਸਵਾਲ ਚੱਲ ਰਹੇ ਨੇ ਜਿਨ੍ਹਾਂ ਦਾ ਮੈਂ ਜ਼ਰੂਰ ਇਹਨਾਂ ਸਵਾਲਾਂ ਦਾ ਜਵਾਬ ਲਵਾਂਗਾ। ਗਿਆਨੀ ਜੀ ਤੋਂ ਬਹੁਤ ਚੰਗਾ ਲੱਗ ਰਿਹਾ ਇਹਨਾਂ ਨਾਲ ਗੱਲ ਕਰਨਾ। ਇੱਕ ਹੋਰ ਵਿੱਚ ਤੁਹਾਨੂੰ ਸਮਾਂ ਮੈਨੂੰ ਨਾ ਥੋੜ੍ਹਾ ਜਿਹਾ ਬ੍ਰੇਕ ਲਈ ਰੋਕ ਰਿਹਾ, ਕਮਰਸ਼ੀਅਲ ਬ੍ਰੇਕ ਲਈ, ਮੈਂ ਉਸ ਤੋਂ ਬਾਅਦ ਜ਼ਰੂਰ ਆ ਕੇ ਗਿਆਨੀ ਜੀ ਤੁਹਾਡੇ ਤੋਂ ਜਿਹੜੇ ਵਿਚਾਰ ਉਹ ਜ਼ਰੂਰ ਲਊਂਗਾ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਮੈਂ ਵਾਪਸ ਆ ਰਿਹਾ ਔਰ ਤੁਸੀਂ ਕਿੱਥੇ ਨਾ ਜਾਇਓ ਔਰ ਟੀਵੀ ਸੈਟਸ ਨੂੰ ਕਿੱਥੇ ਵੀ ਚੇਂਜ ਨਾ ਕਰਿਓ, ਜੁੜੇ ਰਹੋ ਸਾਡੇ ਨਾਲ। ਆਈ ਐਮ ਕਮਿੰਗ ਜਸਟ ਛੋਟੇ ਜਿਹੇ ਵਕਫੇ ਤੋਂ ਬਾਅਦ, ਜਲਦੀ ਆ ਰਿਹਾ, ਨਾ ਜਾਇਓ।